ਇੱਥੇ ਗਿਰੇਬਾਨ 'ਚ ਬੰਦਾ ਮੂੰਹ ਪਾਵੇ ਨਾ ਕੋਈ ਵੀ ਹੋਵੇ ਤੇ ਉਹਨੂੰ ਸ਼ਰਮ ਜ਼ਰੂਰ ਆਉਂਦੀ ਹੈ ਕਿ ਮੇਰਾ ਵਾਰਸ ਵੀ ਖੂਨ ਰੋ ਰਿਹਾ ਤੇ ਮੈਂ ਵੀ ਜ਼ਿੰਦਾ ਹਾਂ। ਲੇਕਿਨ ਸ਼ਰਤ ਇਹ ਕਿ ਬੰਦਾ ਹੋਵੇ ਹਲਾਲ ਜ਼ਾਦਾ ਤੇ ਆਉਂਦੀ ਹੈ ਨਾ ਮਲਕ ਤੇ ਪੱਲੇ ਤੇ ਕੱਖ ਵੀ ਨਹੀਂ ਸਾਡੇ ਲੇਕਿਨ ਇੱਕ ਆਸਰਾ ਹੈ ਸਰ ਚਾਕੜੇ ਇੱਕ ਮੇਲੇ ਪਾਸੇ ਬਸ ਅਜ਼ਾਦਾਰੀ ਦਾ ਸਦਕਾ ਹੈ ਮੇਰੇ ਦਿਲ ਕੋ ਸਕੂਨ ਬਸ ਅਜ਼ਾਦਾਰੀ ਬਸ ਅਜ਼ਾਦਾਰੀ ਦਾ ਸਦਕਾ ਹੈ ਮੇਰੇ ਦਿਲ ਕੋ ਯਕੀਨ ਕਿਹੜਾ ਫਿਰ ਮੁਝ ਕੋ ਵੀ ਨਾ ਮਰਨ ਦਾ ਇੱਕ ਨੁਕਸਾ ਹੈ ਬੜਾ ਚੰਗਾ ਨਾ ਮਰਨ ਦਾ। ਕੋਈ ਜਵਾਨ ਹੈ ਜਾਂ ਬਾਬਾ ਹੈ ਪਿਆ ਉਹ ਅਗਰ ਉਹਦਾ ਪ੍ਰੋਗਰਾਮ ਹੈ ਨਾ ਮੈਂ ਅਜੇ ਨਾ ਮਰਾਂ ਭਜਨ ਇੱਕ ਨੁਕਸਾ ਬੜਾ ਕਮਾਲ ਹੈ ਜਿਹੜਾ ਚਾਹੁੰਦਾ ਹੈ ਬਈ ਅਬਦੇ ਮਿਸਨ ਜੀ ਕਿ ਮੈਂ ਨਾ ਮਰਾਂ ਬਿਲਕੁਲ ਮੁਸਤਦ ਨੁਸਖਾ ਹੈ ਇਹ ਪਾਕਾਂ ਦਾ ਦੀਨ ਹੈ ਨਾ ਸਾਰਾ ਜਿਹਦੇ 'ਤੇ ਅਮਲ ਹੁੰਦਾ ਹੈ ਅਤੇ ਇਹ ਸਲਾਮ ਦਾ ਜਵਾਬ ਦੇਣਾ ਮਾਲਕ ਫਰਮਾਉਂਦੇ ਨੇ ਵਾਜਬ ਹੈ ਜਦੋਂ ਸੁਬਹਾ ਉੱਠੇ ਨਾ ਤੇ ਆਪਣੇ ਇਮਾਮ ਨੂੰ ਸਲਾਮ ਕਰਿਆ ਜਿਹਨੇ ਮਾਲਕ ਨੂੰ ਸਲਾਮ ਕਹਿਤਾ ਤੇ ਫਿਰ ਤੇਰੀ ਸਲਾਮਤੀ ਨੂੰ ਖੈਰ ਹੀ ਖੈਰ ਮਿਹਰਬਾਨੀ ਸਰ ਜੇ ਮੇਰਾ ਸੁਲਤਾਨ ਰਾਜ਼ੀ ਹੋਵੇ ਜਦੋਂ ਸੁਬਹਾ ਉੱਠੇ ਅਤੇ ਭਾਵੇਂ ਸੌਣ ਲੱਗਿਆ ਵੀ ਆਪਣੇ ਵਕਤ ਦੇ ਵਾਰਸ ਨੂੰ ਸਲਾਮ ਕੀਤਾ ਅਤੇ ਜੇ ਅਗਰ ਉਹਨੇ ਕਹਿ ਦਿੱਤਾ ਨਾ ਅਲੈਕ ਸਲਾਮ ਤਾਂ ਫਿਰ ਜ਼ਬਾਨੇ ਤੋਂ ਹੀ ਅਤੇ ਫਿਰ ਇੰਜ ਕਰਕੇ ਦਿਖਾਈ ਮੇਰੇ ਪਾਸ ਮੈਂ ਠੀਕ ਪੜ੍ਹ ਰਿਹਾ ਜੀ ਇੱਕ ਵਾਰੀ ਜਿਹੜਾ ਮਾਤਮੀ ਆ ਉਹਦੇ ਹੱਥ ਚਾਹੇ ਮੇਰੇ ਸੁਲਤਾਨ ਦੀ ਪਾਪ ਨਾ ਲੈਣ ਦੇ ਸ਼ੇਰਾ ਨਾ ਜਾਣਾ ਗੱਲ ਕਿਹੜੀ ਕਰਨਾ ਚਾਹ ਇਹ ਦੋ ਤਰੇ ਦਿਹਾੜੇ ਪਹਿਲੇ ਪੱਖਰ ਮਲਕ ਜੀ ਵਾਹ ਵਾਹ ਵਾਰੀ ਮੈਂ ਸ਼ੇਰ ਪੜਿਆ ਜਿਹੜਾ ਤਲਾਵਤ ਕਰੂੰਗਾ ਵੇਖਿਆ ਮੇਰੇ ਪਾਸ ਗੱਲ ਕਿਹੜੀ ਕਰਨਾ ਚਾਹੁੰਦਾ ਹਰ ਮੁਕੱਸਰ ਮੌਲਵੀ ਕੋ ਜ਼ੰਜੀਰ ਸੇ ਜਿਹਦੇ ਦਿਲ ਵਿੱਚ ਇਤਨੀ ਵੀ ਮੁਹੱਬਤ ਮੇਰੇ ਸੁਲਤਾਨ ਦੀ ਹੈ ਉਹ ਮੁਕੱਸਰ ਨਹੀਂ ਹਾਂ ਜਿਹਨਾਂ ਨੂੰ ਅਸੀਂ ਆਖਦੇ ਹਾਂ ਨਾ ਉਹ ਮੁਕੱਸਰ ਨਹੀਂ ਹੈ ਅਗਰ ਬੰਦਾ ਕਾਬਲੇ ਇਸਲਾਹ ਹੋਵੇ ਤਾਂ ਮੁਕੱਸਰ ਨਹੀਂ ਹੁੰਦਾ ਇਹ ਬਾਕੀ ਬੰਦੇ ਆਪੇ ਦਰਜਾਤ ਬਣਾਏ ਨੇ ਬਈ ਉਹ ਮੈਂ ਬੜਾ ਕੀਤੇ ਆ ਤੇ ਫਲਾਣਾ ਨਹੀਂ ਇਹ ਦਰਜਾਤ ਕੋਈ ਮੁੱਕੇ ਨਹੀਂ ਹੈ ਅੱਜ ਵੀ ਅਲੀ ਦੇ ਕਾਰਖਾਨੇ ਵਿੱਚ ਸਲੇਮਾਨ ਵੀ ਬਣਾਇਆ ਜਾਂਦਾ ਹੈ ਅਬੂਜ਼ਰ ਵੀ ਬਣਾਇਆ ਜਾਂਦਾ ਹਾਂ ਜਿਹਨਾਂ ਨੂੰ ਮੁਕੱਸਰ ਰਿਵਾਇਤ ਵਿੱਚ ਪਾਕਾਂ ਆਖਿਆ ਹੈ ਉਹ ਹੋਰ ਤਵੱਜੋ ਹੈ ਨਾ ਇਹ ਮਤਲਬ ਕਿਸੇ ਦੀ ਦਿਲ ਜ਼ਾਰੀ ਨਹੀਂ
कोई बंदा बाद विचों परेशान हो जाए जी सानू आख दिता जरा समझदा ना मैनू आख दिता है ओनू फिर मैं ठीक ही आख दिया जिंदगी हो तो मुकसर जरा पाका फरमाया है वो हो रहे तो जिन्होंने बंदे आखते ने याद रखो मुकसर ही नहीं है दर्जात ने बेशक बेशक अज भी दर्जात ने कोई बंदा इत्थे मौला नूं मन्नण डिया है तो कोई इत्थे मन्नण डिया है तो जिहड़ा इत्थे मन्नण डिया है वह इत्थे मन्नण डिया है तवज्जो है मन्नण दे अंदाज ये मैनूं रात वाली गल याद आ गई एक बंदा बैठा भाए बंदा बैठा तो वह आख रहा है कि अल्लाह मियाँ तू मेरे कोल होवे मैं तेरा सिर धोवां तेनू कंघी वावां तेरिया जुमा कड़ा हजरत मूसा का हुज़ूर होया मूसा रसबान गुस्से वाले नबी सर फरमाया ए अल्लाह इन्हां चीज़ां तो बेनियाज है अल्लाह सिर नहीं रखता अल्लाह के बाद नहीं होते वह बस होता है उस आख्या अच्छा नबी अल्लाह ठीक है वाहवा थोड़ा जे अगे गए ना हजरत मूसा तो फिर पे आखे अल्लाह मैं तू मेरे को मैं तेरिया जुमा कटा तेरा सिर धोवा तेन कंघी करा मूसा हूँ नबी तो हर शायद नबी होता है मूसा को पता लग गया वापस आया आकर मूथ चपेट मार दी तो जो तुरै मूसा रहमान की आवाज आती खबरदार मूसा अगर तू लाडला नबी ना होता मैं नबूवत ही खस लगी चल जाओ दे कोल माफी मांग जाके जाओ दे कोल माफी मांग जाके क्योंकि ओदा ज़र्फ इतना है लेकिन मन्नण ते मैंने लिया है हाँ हाँ भाई ज़र्फ हर बंदे का अपना अपना है इमाम जेदा जितना है जिन्हें किसी नू कुछ आखना वो पहले अपना मुआसबा करे कि मेरे वक्त का इमाम मेरे ते राजी है तो फिर हाँ तो जे अपने इमाम नाल अपना ही राबता नहीं अजे तो फिर किसी नू असी की कहना पहले अपने आप को ठीक करिए तो जिन्हां नू तुसी मुकसर समझते जे वह मुकसर नहीं है उन्हां दा दर्जा ही होना कि फिर आखना चाहना हर मुकसर बार मुकसर सारे हर मुकसर मौलवी को जदों मेरे सुल्तान ने सही जी आवना है हर मुकसर मौलवी को बंद कर